ਜਿੰਨੀ ਕੁ ਮੇਰੀ ਇਸ ਗੱਲ ਤੇ ਹੈਲਪ ਹੋਈ, ਆਪਾਂ ਇਸ ਚੀਜ਼ ਨੂੰ ਵੱਧ ਤੋਂ ਵੱਧ ਲੋਕਾਂ ਚ ਪ੍ਰਚਾਰ ਕਰ ਪਾਰਟੀਆਂ ਦੇ ਕਈ ਹੋਈਆਂ ਜਿਵੇਂ ਕਹੋਗੇ ਕਰ ਲਾਂਗੇ। ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਕੁ ਨਵੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤਾਂ ਬਣੇ ਰਹੋ ਵੀਡੀਓ ਦੇ ਲਾਸਟ ਤੱਕ। ਪੰਜਾਬੀ ਇੰਡਸਟਰੀ ਦੇ ਨਾਲ ਨਾਲ ਸਮੁੱਚੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਪੰਜਾਬੀਆਂ ਦਾ ਮਾਣ ਵਧਾਇਆ ਇੱਕ ਅਦਾਕਾਰਾ ਨੇ। ਪੰਜਾਬੀ ਫਿਲਮ ਇੰਡਸਟਰੀ ਜਿਵੇਂ ਗਰੋ ਕਰ ਰਹੀ ਹੈ, ਪੰਜਾਬੀ ਸਿਨੇਮਾ ਨੂੰ ਅੱਗੇ ਵਧਾਉਣ ਵਿੱਚ ਕਈ ਇਹੋ ਜਿਹੇ ਕਲਾਕਾਰਾਂ ਦਾ ਯੋਗਦਾਨ ਹੈ ਜਿਨ੍ਹਾਂ ਦੇ ਬਿਨਾਂ ਸ਼ਾਇਦ ਹੀ ਕੋਈ ਪੰਜਾਬੀ ਫਿਲਮ ਬਣੀ ਹੋਵੇ। ਗੱਲ ਕਰ ਰਹੇ ਹਾਂ ਜੀ ਪੰਜਾਬੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਦੀ। ਬੀਤੇ ਦਿਨੀ ਨਿਰਮਲ ਰਿਸ਼ੀ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ। ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਇੰਡਸਟਰੀ ਅੱਗੇ ਵੱਧ ਰਹੀ ਹੈ, ਪੰਜਾਬੀ ਇੰਡਸਟਰੀ ਦੇ ਲਈ ਇਹ ਮਾਣ ਵਾਲੀ ਗੱਲ। ਸਾਡੇ ਪੰਜਾਬੀ ਕਲਾਕਾਰ ਵੀ ਦਿਨ ਰਾਤ ਮਿਹਨਤ ਕਰ ਰਹੇ ਨੇ ਆਪਣੇ ਇਲਾਕੇ ਦਾ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਲਈ। ਨਿਰਮਲ ਰਿਸ਼ੀ ਦਾ ਪਹਿਲਾ ਇੰਟਰਵਿਊ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਆਓ ਲੈ ਚੱਲਦੇ ਉਸ ਵੀਡੀਓ ਵੱਲ ਨੂੰ। ਜਬ ਮੇਰੇ ਕੋਲ ਪਹਿਲੇ ਫੋਨ ਆਇਆ ਨਾ ਤਾਂ ਮੈਂ ਘਬਰਾ ਗਈ। ਮੈਨੇ ਕਿਹਾ ਯੇ ਕਿਸੀ ਕਾ ਫੋਨ, ਮੇਰੇ ਇਨਕੁਆਇਰੀ ਲੈ ਰਹੇ ਹੈ ਕੋਈ CBI ਵਾਲੇ, ਮੈਨੇ ਨਹੀਂ ਇੰਟਰਵਿਊ ਦੇਣੀ, ਮੈਨੇ ਨਹੀਂ ਬਤਾਨਾ ਕਿ ਮੈਂ ਕਹਾਂ ਰਹਿਤੀ ਹੂੰ, ਕਿਆ ਕਰਤੀ ਹੂੰ। ਤੋ ਉਹਨਾਂ ਨੇ ਫੋਨ ਬੰਦ ਕਰ ਦਿਆ। ਉਹਨੇ ਫਿਰ ਕਿਹਾ ਕਿ ਆਪ ਕਿਸੀ, ਮੇਰੀ ਫਰੈਂਡ ਬੈਠੀ ਸੀ ਮੇਰੇ ਸਾਥ ਮੈਂ, ਉਸਨੇ ਕਿਹਾ ਉਠਾ ਲਓ ਬਾਤ ਤੋਂ ਕਰੋ। ਫਿਰ ਉਹਨਾਂ ਨੇ ਕਿਹਾ ਕਿ ਆਪ ਕਹਾਂ ਰਹਿਤੇ ਹੈ, ਆਪਕਾ ਕੈਸਾ ਹੈ, ਯੇ ਹੈ, ਵੋ ਹੈ, ਆਪ ਇਧਰ ਉਧਰ ਕੀ ਪੁੱਛਣੇ ਲੱਗੇ ਮੇਰੇ ਸੇ। ਮੈਨੇ ਕਿਹਾ ਭਾਈ ਮੈਨੇ ਆਪਸੇ ਬਾਤ ਨਹੀਂ ਕਰਨੀ, ਮੈਨੇ ਕੋਈ ਮੁਝੇ ਅਵਾਰਡ ਅਵਾਰਡ ਕੀ ਬਾਤ ਨਹੀਂ ਹੈ, ਆਪ ਰਹਿਣੇ ਦੋ। ਤੋ ਫਿਰ ਹਮਾਰੇ ਯਹਾਂ ਕੋਈ ਫਰੈਂਡ ਥੇ, ਉਨਕਾ ਬੇਟਾ DPRO ਲਗਾ ਹੁਆ ਥਾ, ਉਸਨੇ ਕਿਹਾ ਕਿ ਆਂਟੀ ਆਪ ਬਾਤ ਕਰ ਲੋ ਉਨਸੇ। ਫਿਰ ਮੈਨੇ ਉਨਸੇ ਬਾਤ ਕੀ, ਫਿਰ ਉਹਨੇ ਬਤਾਇਆ ਕਿ ਆਪਕਾ ਅਵਾਰਡ ਹੈ। ਫਿਰ ਮੈਨੇ ਸੋਚਿਆ ਕਿ 26 ਜਨਵਰੀ ਕੋ ਦੇਤੇ ਹੈ ਨਾ ਅਵਾਰਡ, ਹਫਤਾ ਪਹਿਲਾਂ, 2 ਹਫਤੇ ਪਹਿਲੇ ਬਾਤ ਹੋਈ ਥੀ, ਤੋ ਮੈਨੇ ਕਿਹਾ ਵੋ ਅਵਾਰਡ ਹੋਗਾ, ਚਲੋ ਮੈਂ ਦੇ ਦੇਤੀ ਹੂੰ। ਫਿਰ ਜਬ 25th ਕੋ ਫਿਰ ਹੋਮ ਮਿਨਿਸਟਰੀ ਸੇ ਫੋਨ ਆਇਆ ਕਿ ਆਪਕੋ ਪਦਮ ਸ਼੍ਰੀ ਅਵਾਰਡ, ਤੋ ਮੁਝੇ ਬਹੁਤ। ਨਿਰਮਲ ਰਿਸ਼ੀ ਲਈ 2 ਸ਼ਬਦ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ। ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਛੋਟੇ ਸ਼ੁਭ ਦੀ। ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਜਿਵੇਂ ਪਰਿਵਾਰ ਵਿੱਚ ਦੁਬਾਰਾ ਖੁਸ਼ੀ ਆਈ ਹੈ, ਜਾਂ ਕਹਿ ਸਕਦੇ ਹਾਂ ਕਿ ਪਰਿਵਾਰ ਨੂੰ ਉਸ ਬਜ਼ੁਰਗ ਮਾਤਾ ਪਿਤਾ ਨੂੰ ਜਾਣ ਦਾ ਸਹਾਰਾ ਮਿਲਿਆ, ਤਾਂ ਹਰ ਕੋਈ ਖੁਸ਼ ਹੈ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ, ਇਹ ਤੁਹਾਨੂੰ ਵੀ ਪਤਾ ਹੈ। ਦੇਸ਼ਾਂ ਵਿਦੇਸ਼ਾਂ ਦੇ ਲੋਕ ਸਿੱਧੂ ਨੂੰ ਪਿਆਰ ਕਰਦੇ ਆ। ਹੁਣ ਸਿੱਧੂ ਦੇ ਚਾਹੁਣ ਵਾਲਿਆਂ ਨੇ ਛੋਟੇ ਸਿੱਧੂ ਨੂੰ ਵੱਡਾ ਗਿਫਟ ਦਿੱਤਾ ਹੈ। ਪਹਿਲਾ ਗਿਫਟ ਹੈ, ਵਾਕਿਆ ਵਿੱਚ ਇਹ ਗਿਫਟ ਬਿਲਕੁਲ ਹੀ ਅਲੱਗ ਹੈ। ਬਲਕੌਰ ਸਿੰਘ ਹੋਰਾਂ ਦਾ ਵੀ ਰਿਐਕਸ਼ਨ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਉਹਨਾਂ ਦਾ ਇਸ ਤੋਂ ਬਾਅਦ ਕੀ ਰਿਐਕਸ਼ਨ ਸੀ, ਪਰ ਉਸ ਤੋਂ ਪਹਿਲਾਂ ਉਹ ਗਿਫਟ ਕੀ ਹੈ ਉਸ ਬਾਰੇ ਜਾਣਦੇ ਹਾਂ। ਜਿਵੇਂ ਕਿ ਤੁਸੀਂ ਸਕਰੀਨ 'ਤੇ ਤਸਵੀਰਾਂ ਦੇਖ ਸਕਦੇ ਹੋ, ਸਰਦਾਰ ਬਲਕੌਰ ਸਿੰਘ ਜੀ ਹੋਰਾਂ ਨੂੰ ਅੱਜ GM ਮੋਟਰਸ ਵੱਲੋਂ ਛੋਟੇ ਸਿੱਧੂ ਲਈ ਇਲੈਕਟ੍ਰਿਕ ਜੀਪ ਗਿਫਟ ਕੀਤੀ ਗਈ। ਗ੍ਰੀਨ ਮਾਸਟਰ ਨਾਮ ਤੋਂ ਇਹ ਫਰਮ ਹੈ। ਸਰਦਾਰ ਬਲਕੌਰ ਸਿੰਘ ਜੀ ਹੋਰ ਵੀ ਬੇਹੱਦ ਖੁਸ਼ ਨਜ਼ਰ ਆਏ, ਸਕਰੀਨ 'ਤੇ ਤਸਵੀਰਾਂ ਚੱਲਦੀਆਂ ਤੁਸੀਂ ਦੇਖ ਰਹੇ ਹੋ। ਇਹ ਛੋਟੇ ਸਿੱਧੂ ਲਈ ਇਹ ਗਿਫਟ ਕੀਤੀ ਗਈ ਹੈ ਇਲੈਕਟ੍ਰਿਕ ਜੀਪ GM ਮੋਟਰਸ ਦੇ ਵੱਲੋਂ। ਸਰਦਾਰ ਬਲਕੌਰ ਸਿੰਘ ਜੀ ਹੋਰਾਂ ਦਾ ਇਸ 'ਤੇ ਕੀ ਰਿਐਕਸ਼ਨ ਸੀ, ਆਓ ਲੈ ਚੱਲਦੇ ਉਸ ਵੀਡੀਓ ਵੱਲ ਨੂੰ। ਫਿਰ ਨਜ਼ਾਰਾ ਪੂਰਾ ਵਾਤਾਵਰਨ ਬਿਲਕੁਲ, ਇਹ ਬਹੁਤ ਜ਼ਰੂਰੀ ਹੈ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਇਹ ਵੀਰ ਨੂੰ ਇਸ ਗੱਲ ਦਾ ਭਰੋਸਾ ਦਵਾਉਣਾ ਕਿ ਜਿੰਨੀ ਕੁ ਮੇਰੀ ਇਸ ਗੱਲ 'ਚ ਹੈਲਪ ਹੋਈ, ਆਪਾਂ ਇਸ ਚੀਜ਼ ਨੂੰ ਵੱਧ ਤੋਂ ਵੱਧ ਲੋਕਾਂ 'ਚ ਪ੍ਰਚਾਰ ਕਰੀਏ। ਆਪਾਂ ਡੀਜ਼ਲ ਵਾਲੀਆਂ ਤੇ ਜਿਹੜੀਆਂ
ਸਾਡੀ ਹਵਾ ਨੂੰ ਦੂਸ਼ਿਤ ਕਰ ਰਹੀ ਹੈ ਜੋ ਵੀ ਹੈ, ਉਹਨਾਂ ਨੂੰ ਆਪਾਂ ਬੈਟਰੀ ਵੱਲ ਨੂੰ ਕਰੀਏ। ਵੈਸੇ ਤਾਂ ਲੋਕਾਂ ਦੀ ਜਾਗਰੂਕਤਾ ਬਹੁਤ ਆ ਗਈ ਹੈ ਹੁਣ, ਲੋਕ ਜਿੰਨੀਆਂ ਸਕੂਟੀਆਂ ਨੇ ਜਿੰਨੇ ਟੂ ਵੀਲਰ ਹੈ ਉਹ ਸਾਰੇ ਬੈਟਰੀ ਨਾਲ ਹੈਗੇ ਨੇ, ਪਰੰਤੂ ਜਿੰਨਾ ਇਹ ਚੀਜ਼ਾਂ ਵੀ ਜੇ ਅਸੀਂ ਲੋਕਲ ਜਿਹੜੀ ਗੱਡੀ ਵਰਤਦੇ ਹਾਂ 20 ਜਾਂ 30 ਕਿਲੋਮੀਟਰ ਚੱਲਣ ਵਾਲੀ ਗੱਲ ਹੁੰਦੀ ਹੈ, ਸ਼ਹਿਰ ਤੱਕ ਨਿੱਕੇ ਨਿੱਕੇ ਕੰਮ ਹੁੰਦੇ ਨੇ, ਉਹ ਇਹ ਜਿਹੜੀ ਵਹੀਕਲ ਹੈ ਬਹੁਤ ਵਧੀਆ ਢੰਗ ਨਾਲ ਪੂਰਾ ਕਰਦਾ। ਬਾਕੀ ਸਾਡੇ ਵੱਲੋਂ ਤੇ ਦੇਖਣ ਵਾਲਿਆਂ ਵੱਲੋਂ ਸਾਰਿਆਂ ਵੱਲੋਂ ਵਧਾਈਆਂ ਤੇ ਪਾਰਟੀ ਹੋ ਗਈ ਹੁਣ ਬਾਪੂ, ਉਹਦਾ ਕਦੋਂ ਵਿਚਾਰ ਕਰਕੇ ਆਪਾਂ? ਥੈਂਕ ਯੂ ਪਾਰਟੀ ਦੇ ਕਈ ਹੋਈ ਹੈ। ਇਸ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ, ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ, ਆਪਣੇ ਪਿੰਡ ਅਤੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਜਾਂਦੇ ਜਾਂਦੇ ਆਪਣੇ ਭਰਾ ਨੂੰ ਫੋਲੋ ਵੀ ਜ਼ਰੂਰ ਕਰ ਲਿਓ।